अज श्रोमणी अकाली दल दे जड़ी भर्ती है उदियां पर्चियां लैन वास्ते लोग इत्थे पहुंचे है। साढ़े वर्करां दे विच इन्ना वड्डा उत्साह है कि अजे जिन्ना असी समझदे सी जिन्नियां पर्चियां लैके आए सी ਉਹ ਅੱਧੇ ਪਿੰਡ ਵੀ ਪੂਰੇ ਨਹੀਂ ਹੋਏ ਅਤੇ ਅੱਧੇ ਤੋਂ ਵੱਧ ਪਿੰਡ ਅਜੇ ਰਹਿ ਗਏ ਹੈ ਸਿਰਫ ਮੌੜ ਬਲਾਕ ਦੇ ਅਜੇ ਰਾਮਪੁਰਾ ਬਲਾਕ ਸਾਰਾ ਰਹਿੰਦਾ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਆਪਦੇ ਆਪ ਨੂੰ ਮਹਿਸੂਸ ਕਰਦੇ ਆ ਜਿਵੇਂ ਠੱਗੇ ਗਏ ਹੁੰਦੇ ਲੋਕਾਂ ਨਾਲ ਗਲਤ ਵਾਅਦੇ ਪੂਰੇ ਕਰਕੇ ਕਿ ਅਸੀਂ ਕਰਜ਼ਾ ਲਾ ਦਿਆਂਗੇ ਅਸੀਂ ਪੈਨਸ਼ਨ ਦੁੱਗਣੀ ਕਰ ਦਿਆਂਗੇ ਅਸੀਂ ਨੌਜਵਾਨਾਂ ਨੂੰ ਆਹ ਕੁਛ ਕਰ ਦਿਆਂਗੇ ਉਹ ਕਰਨਾ ਤਾਂ ਕੀ ਸੀ ਜਿਹੜੀਆਂ ਬਾਦਲ ਸਰਕਾਰ ਨੇ ਸਹੂਲਤਾਂ ਦਿੱਤੀਆਂ ਸੀ ਉਹ ਵੀ ਬੰਦ ਕਰਤੀਆਂ ਅੱਜ ਪਿੰਡ ਪਿੰਡ ਲੋਕ ਬਹੁਤ ਜ਼ਿਆਦਾ ਦੁਖੀ ਨੇ ਔਰ ਮੈਨੂੰ ਲੱਗਦਾ ਜਿਸ ਤਰ੍ਹਾਂ ਅੱਜ ਹੜ੍ਹ ਆਇਆ ਇੱਥੇ ਜਿਸ ਤਰ੍ਹਾਂ ਵਰਕਰ ਇਕੱਠੇ ਹੋਏ ਹੈ ਇਹ ਸਿਰਫ ਮੌੜ ਬਲਾਕ ਦੇ ਮੇਨ ਮੇਨ ਵਰਕਰ ਹੀ ਇਕੱਠੇ ਕੀਤੇ ਹੈ ਔਰ ਜਿਹੜੇ ਇਕੱਠੇ ਵੀ ਹੋਏ ਹੈ ਉਹਨਾਂ 'ਚੋਂ ਮੈਨੂੰ ਲੱਗਦਾ ਇਸ ਉਤਸ਼ਾਹ ਨਾਲ ਲੋਕਾਂ ਨੇ ਪਰਚੀਆਂ ਲਈਆਂ ਵੀ ਅਜੇ ਅੱਧੇ ਪਿੰਡ ਰਹਿ ਗਏ ਸੋ ਇਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਔਰ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਨਵਜੋਤ ਸਿੱਧੂ ਦਾ ਤਾਂ ਕੰਮ ਹੀ ਹੈ ਜੀ ਰੁੱਸਣਾ ਮਨਾਉਣਾ ਉਹਨੂੰ ਕਿਸੇ ਨੇ ਹੈ ਨਹੀਂ ਹੈਂਜੀ ਸੋ ਇਹਨਾਂ ਰਿਫਟ ਤਾਂ ਇਹਨਾਂ ਦੇ ਵਿੱਚ ਕਾਂਗਰਸ 'ਚ ਹੈ ਹੀ ਹੈ ਆਹ ਦੋ ਤਿੰਨ ਦਿਨ ਪਹਿਲਾਂ ਬਾਜਵਾ ਸਾਹਿਬ ਨੇ ਜਿਹੜਾ ਇੰਟਰਵਿਊ ਦਿੱਤਾ ਹਿੰਦੁਸਤਾਨ ਟਾਈਮਜ਼ ਨੂੰ ਉਹ ਤੋਂ ਤੁਸੀਂ ਲਾ ਸਕਦੇ ਹੋ ਵੀ ਕਿੰਨਾ ਕੁ ਪਾਰਟੀ ਦੇ ਵਿੱਚ ਏਕਤਾ ਹੈ ਅੱਜ ਸਿੱਧੂ ਸਾਹਿਬ ਰੁੱਸ ਗਏ ਕੱਲ੍ਹ ਨੂੰ ਕੋਈ ਹੋਰ ਰੁੱਸ ਜੂਗਾ ਇਹ ਸਾਰਿਆਂ ਨੇ ਰੁੱਸ ਰੱਸ ਕੇ ਪਾਸੇ ਹੋ ਜਾਣਾ ਹੈ ਇਹ ਝੂਠ ਨਾਲ ਕਿੰਨਾ ਕੁ ਚਿਰ ਚੱਲਦੀ ਹੈ ਸਰਕਾਰ ਇਹ ਜਿਹੜੇ ਝੂਠ ਦਾ ਪਲੰਦਾ ਬੰਨਿਆ ਸੀ ਲੋਕਾਂ ਨੂੰ ਗਲਤ ਦਸਖਤ ਕਰਾਏ ਸੀ ਕਰਜ਼ੇ 'ਤੇ ਲੋਕ ਸਮਝ ਬੈਠੇ ਵੀ ਪਤਾ ਨਹੀਂ ਕਰਜ਼ਾ ਸਾਰਾ ਹੀ ਮਾਫ਼ ਹੋ ਜੂਗਾ ਚਲੋ ਕਾਂਗਰਸ ਸਰਕਾਰ ਬਣਾ ਦਿਓ ਲੋਕਾਂ ਨੂੰ ਜਿਹੜਾ ਐਡਾ ਵੱਡਾ ਧੋਖਾ ਦਿੱਤਾ ਨਾ ਇਹ ਇਹਨਾਂ ਨੂੰ ਬਰਦਾਸ਼ਤ ਕਰਨਾ ਪੈਣਾ ਇਹ ਇਹਨਾਂ ਦੇ ਕੋਈ ਗੱਲ ਰਹਿ ਨਹੀਂ ਗਈ ਬਾਕੀ